ਸਾਰਿਆਂ ਨੂੰ ਸਤ ਸ੍ਰੀ ਅਕਾਲ ਮਾਸਟਰ ਕਾਰਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਚ ਗੱਲ ਕਰਾਂਗੇ ਈਟੀਟੀ 2364 ਭਰਤੀ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਬਾਰੇ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਈਟੀਟੀ 2364 ਭਰਤੀ ਦੀ ਜਿਹੜੀ ਪਹਿਲੀ ਸਿਲੈਕਸ਼ਨ ਲਿਸਟ ਹੈ ਉਹ ਸਿੱਖਿਆ ਵਿਭਾਗ ਭਰਤੀ ਬੋਰਡ ਦੇ ਵੱਲੋਂ ਜਿਹੜੀ ਜਾਰੀ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਪਹਿਲੀ ਸਿਲੈਕਸ਼ਨ ਲਿਸਟ ਜੋ ਜਾਰੀ ਕੀਤੀ ਹੈ ਉਹ ਸਾਰੇ ਸਾਥੀਆਂ ਨੂੰ ਜਿਹੜਾ ਨਿਯੁਕਤੀ ਪੱਤਰ ਦੇਣ ਦੇ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਇਸ ਕਰਕੇ ਜੋ ETT 2364 ਭਰਤੀ ਦੀ ਇੱਕ ਯੂਨੀਅਨ ਬਣੀ ਹੋਈ ਹੈ ਉਸ ਯੂਨੀਅਨ ਦੇ ਵੱਲੋਂ ਇੱਕ ਵੱਡਾ ਜਿਹੜਾ ਐਲਾਨ ਹੈ ਉਹ ਕੀਤਾ ਹੈ ਉਹਨਾਂ ਨੇ ਸਰਕਾਰ ਨੂੰ ਪ੍ਰੋਪਰ ਇੱਕ ਟਾਈਮ ਦਿੱਤਾ ਹੈ ਕਿ ਇਸ ਟਾਈਮ ਦੇ ਅੰਦਰ ਅੰਦਰ ਤੁਸੀਂ ਜਿਹੜਾ ETT 2364 ਭਰਤੀ ਦੇ ਜਿਹੜੀਆਂ ਪਹਿਲੀ ਸਿਲੈਕਸ਼ਨ ਲਿਸਟਾਂ ਉਹਦੇ ਸਾਥੀਆਂ ਨੂੰ ਜਿਹੜਾ ਨਿਯੁਕਤੀ ਪੱત્રਾ ਉਹ ਦੇਣੇ ਆ ਜੇਕਰ ਉਹ ਤੱਕ ਨਹੀਂ ਜਾਰੀ ਹੁੰਦੇ ਤਾਂ ਸਰਕਾਰ ਦੇ ਵਿਰੁੱਧ ਜਿਹੜਾ ਐਕਸ਼ਨ ਇੱਕ ਉਲਿੱਕਾ ਜਾਊਗਾ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇਸ ਕਰਕੇ ਜਿਹੜੇ-ਜਿਹੜੇ ਸਾਥੀ 2364 ਜਾਂ 5994 ਭਰਤੀ ਨਾਲ ਸੰਬੰਧਿਤ ਨੇ ਉਹ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣੀਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੇ ਹੀ ਸਾਥੀਆਂ ਤੱਕ ਇਹ ਅਪਡੇਟ ਆ ਜਿਹੜੀ ਇਹ ਪਹੁੰਚ ਸਕੇ। ਬਾਕੀ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਤਾਂ ਉਹ ਮਾਸਟਰ ਕਾਰਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਸਿੱਖਿਆ ਵਿਭਾਗ ਦੀ ਕੋਈ ਵੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ। ਤੇ ਨਾਲ ਹੀ ਆਪਣਾ ਇੱਕ ਵਟਸਐਪ ਗਰੁੱਪ ਦਾ ਲਿੰਕ ਆ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮਿਲ ਜੂਗਾ ਤਾਂ ਆਪਾਂ ਗੱਲਬਾਤ ਕਰਦੇ ਆ ਈਟੀਟੀ 2364 ਭਰਤੀ ਸੰਬੰਧੀ ਜਿਹੜੀ ਯੂਨੀਅਨ ਦੇ ਵੱਲੋਂ ਇੱਕ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਅੱਜ ਜੋ ਇੱਕ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਸਰਕਾਰ ਦੇ ਖਿਲਾਫ ਆ ਜਿਹੜਾ ਸੰਘਰਸ਼ ਨੂੰ ਲੈ ਕੇ ਕਈ ਵੱਡੇ ਜਿਹੜੇ ਫੈਸਲੇ ਉਹ ਲਏ ਗਏ ਆ ਜਿਹਦੇ ਵਿੱਚ ਸਭ ਤੋਂ ਅਹਿਮ ਫੈਸਲਾ ਜਿਹੜਾ 2364 ਭਰਤੀ ਨਾਲ ਸੰਬੰਧਿਤ ਜੋ ਪਹਿਲੀ ਸਿਲੈਕਸ਼ਨ ਲਿਸਟ ਆ ਜਾਰੀ ਕੀਤੀ ਹੈ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਉਸ ਸਿਲੈਕਸ਼ਨ ਲਿਸਟ ਦੇ ਵਿੱਚ ਜਿੰਨੇ ਸਾਥੀਆਂ ਦਾ ਜਿਹੜਾ ਨੰਬਰ ਆਇਆ ਉਹਨਾਂ ਨੂੰ ਨਿਯੁਕਤੀ ਪੱਤਰ ਨੂੰ ਲੈ ਕੇ ਆਏ ਜਿਹਦੇ ਵਿੱਚ ਸਰਕਾਰ ਨੂੰ 9 ਅਗਸਤ ਤੱਕ ਦਾ ਜਿਹੜਾ ਟਾਈਮ ਆ ਉਹ ਦਿੱਤਾ ਗਿਆ ਯੂਨੀਅਨ ਦੇ ਵੱਲੋਂ ਕਿ ਜੇਕਰ 9 ਅਗਸਤ ਤੱਕ ਸਰਕਾਰ ਜਿਹੜੀ ਚੁਣੇ ਹੋਏ ਆਈਟੀਟੀ 2364 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੀ ਤਾਂ ਉਹਨਾਂ ਦੇ ਵਿਰੁੱਧ ਜਿਹੜਾ ਸੰਘਰਸ਼ ਵਿੱਢਿਆ ਜਾਊਗਾ ਮੈਂ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਜਿਹੜੀ ਦੇ ਦੇਣਾ ਈਟੀਟੀ 2364 ਭਰਤੀ ਦੀ ਜੋਇਨਿੰਗ ਨੂੰ ਲੈ ਕੇ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਈ ਵੱਡੇ ਜਿਹੜੇ ਫੈਸਲੇ ਲਏ ਗਏ ਆ ਪત્રਕਾਰਾਂ ਨਾਲ ਗੱਲ ਕਰਦੇ ਹੋਏ ਯੂਨੀਅਨ ਆਫ ਗੋ ਵੱਲੋਂ ਜਾਣਕਾਰੀ ਦਿੱਤੀ ਕਿ ਜੇਕਰ ਸਰਕਾਰ 2364 ਭਰਤੀ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਿਹੜੇ ਜਾਰੀਆ ਨਹੀਂ ਕਰਦੀ ਤਾਂ ਬੇਰੁਜ਼ਗਾਰਾਂ ਦੇ ਆਪਕਾ ਵੱਲੋਂ ਤਿੱਖਾ ਸੰਘਰਸ਼ ਦੀ ਜਿਹੜੀ ਚੇਤਾਵਨੀ ਉਹ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਆਉਣ ਵਾਲੀ 9 ਅਗਸਤ ਤੱਕ ਬੇਰੁਜ਼ਗਾਰਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਗੁਪਤ ਐਕਸ਼ਨ ਜਿਹੜਾ ਮਜਬੂਰ ਹੋ ਕੇ ਕਰਨਗੇ। ਉਹਨਾਂ ਕਹੇ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਖੁਸ਼ੀ 'ਚ ਕਿਤੇ ਜਾਣ ਵਾਲੇ ਸਾਰੇ ਪ੍ਰੋਗਰਾਮ ਭੰਗ ਕੀਤੇ ਜਾਣਗੇ ਤੇ ਸਰਕਾਰ ਦਾ ਭੰਡੀ ਜਿਹੜਾ ਪ੍ਰਚਾਰ ਉਹ ਕੀਤਾ ਜਾਊਗਾ ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਹਰਜੀਤ ਬੜਲਾਡਾ ਤੇ ਹੋਰ ਕਾਫੀ ਸਾਰੇ ਸਾਥੀ ਜਿਹੜੇ ਮੌਜੂਦ ਸੀਗੇ ਇਹ ਅੱਜ ਦੀ ਅਪਡੇਟ ਸੀਗੀ 82264 ਭਰਤੀ ਨਾਲ ਸੰਬੰਧਿਤ ਬਾਕੀ ਤੁਸੀਂ ਚੈਨਲ ਤੇ ਬਨੇ ਰਹੋ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਭਰਤੀ ਸੰਬੰਧੀ ਜਾਂ ਨਵੀਂ ਸਿਲੈਕਸ਼ਨ ਲਿਸਟ ਲਿਸਟ ਦੇ ਸੰਬੰਧ ਦੇ ਵਿੱਚ ਮੈਰਿਟ ਦੇ ਸੰਬੰਧ ਦੇ ਵਿੱਚ ਉਹਦੀ ਹਰ ਇੱਕ ਜਾਣਕਾਰੀ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ